नवजोत सिंह सिद्धू बारे बड़े ऐलान किए गए पंजाब दे विच कि असी इन्हें 2000 महिलाओं कुछ स्कूटियां 5000 रुपया 15-20 की कहना चाहते हो। देखो 5 साल तो उन्हां दी सरकार रही है, अज भी उन्हां दी सरकार है, केड़ा कोई जप्ता लग गया हैगा हुण ऐलान करके हुण दिलवा देना, ऐलान कानू कर रहे ने। 2.5 साल मंत्री रह चुके ने, 5 साल मुख्यमंत्री साहब खुद उस सरकार का हिस्सा रह चुके ने, ते जद चन्नी ऐलान करते ने वो तो लॉलीपॉप हैगा, ते सिद्धू साहब ऐलान करते ने तो हकीकत बन गई। सिद्धू साहब मैं आई कहती हाँ ऐलान तो वो करते जिन्हों की सरकार रही है, थोड़ी तो सरकार है, थोड़ा रोक कौन रहे, ए जी थोड़ा है, DGP थोड़ा है, चीफ सैकटरी थोड़ा है, सारी सरकार से थोड़ी चलती है, ਜਿਹੜਾ ਕੁਛ ਐਲਾਨ ਕੀਤਾ ਉਹਦੇ ਵਿੱਚੋਂ ਇੱਕ ਚੀਜ਼ ਤਾਂ ਲਾਗੂ ਕਰਕੇ ਦਿਖਾ ਦਿਓ। ਤੇ ਇੱਕ ਜਿਹੜਾ 100 ਸਾਲ ਦਾ 100 ਦਿਨ ਦਾ ਸੀਐਮ ਸਾਹਿਬ ਨੂੰ ਰਿਪੋਰਟ ਕੱਢ ਦਿੱਤਾ ਗਿਆ, ਤੁਸੀਂ ਕਿੰਨੇ ਨੰਬਰ ਦੇ ਰਹੇ ਹੋ ਸੀਐਮ ਸਾਹਿਬ? 100 ਸਾਲ ਦਾ ਕਿਉਂ ਦੇ ਰਹੇ ਮੈਨੂੰ 100 ਦਿਨਾਂ ਦਾ ਮੈਨੂੰ ਸਮਝ ਨਹੀਂ ਆ ਰਹੀ ਕਿਉਂ ਦੇ ਰਹੇ ਨੇ, ਕਿਉਂਕਿ ਮੁੱਖ ਉਹ ਕੈਬਨਿਟ ਦਾ ਹਿੱਸਾ ਤਾਂ 5 ਸਾਲਾਂ ਦੇ ਰਹਿ ਚੁੱਕੇ ਨੇ, ਸੋ 5 ਸਾਲ ਉਹ ਉਸ ਕੈਬਨਿਟ 'ਚ ਰਹਿ ਚੁੱਕੇ ਨੇ, ਆਪਣਾ ਮਹਿਕਮੇ ਦਾ ਜ਼ਰਾ ਦੇਣ ਕੀ ਉਹਨਾਂ ਦੀ ਉਪਲਬਧੀਆਂ ਸੀਗੀਆਂ 4.5 ਸਾਲ, ਅਤੇ ਸਰਕਾਰ ਤਾਂ 5 ਸਾਲ ਰਹੀ ਹੈ, ਭਾਵੇਂ ਇਹ ਮੁੱਖ ਮੰਤਰੀ 100 ਦਿਨ ਰਹੇ ਨੇ, ਅਤੇ 100 ਬਾਕੀ ਦਾ ਹਿਸਾਬ ਕੌਣ ਦਊਗਾ ਜੇ ਇਹ ਨਹੀਂ ਦਊਗੇ? ਕਲੈਕਟਿਵ ਰਿਸਪੋਂਸੀਬਿਲਿਟੀ ਹੁੰਦੀ ਹੈ, ਲੋਕਾਂ ਨੂੰ ਗੁੰਮਰਾਹ ਕਰਨ ਦੇ ਇੱਕ ਹਥਿਆਰ ਹੈਗੇ, ਕਦੇ ਕੈਪਟਨ ਨੂੰ ਲਾ ਦਿਓ, ਚੰਨੀ ਨੂੰ ਬਿਠਾ ਦਿਓ, ਸਿੱਧੂ ਕਹਿ ਦੇ ਚੰਨੀ ਲੋਲੀਪੋਪ ਦੇ ਰਿਹਾ ਮੈਂ ਆ ਦੇਵਾਂਗਾ, ਲੋਕਾਂ ਨੂੰ ਇਕੱਲਾ ਖੱਜਲ ਖੁਆਰ ਕਰਕੇ ਝੂਠ ਮਾਰ ਕੇ ਸੋਚਦੇ ਨੇ ਕਿ 100 ਵੀ ਖਾ ਲਿੱਤੀਆਂ, ਹੁਣ ਇਸ ਤੋਂ ਵੱਧ ਕੀ ਰਹਿ ਗਿਆ, ਹੁਣ ਲੋਕਾਂ ਸਮਝ ਚੁੱਕੇ ਨੇ। ਪੰਜਾਬ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰ ਰਿਹਾ ਜੀ, ਨਹੀਂ ਆਪਾਂ ਕਿਸ ਜੋ ਮਰਜ਼ੀ ਆਏ ਜੀ ਸਦਕੇ ਆਏ, ਲੇਕਿਨ ਮੈਂ ਆਹ ਜ਼ਰੂਰ ਸਮਝਦੀ ਹਾਂ ਕਿ ਚੋਣਾਂ ਦੇ ਵੇਲੇ ਜ਼ਰੂਰ ਮੋਦੀ ਸਾਹਿਬ ਆਉਂਦੇ ਨੇ, ਅਤੇ ਉਹਨਾਂ ਦੇ ਕਾਲੇ ਕਾਨੂੰਨਾਂ ਨੇ ਜਿਹੜਾ ਪੰਜਾਬ ਦਾ ਨੁਕਸਾਨ ਕੀਤਾ ਹੈ, ਪੰਜਾਬ ਦੇ ਆਰਥਿਕ ਹਾਲਾਤ ਵੀ ਨੁਕਸਾਨ, ਭਾਈਚਾਰਕ ਸਾਂਝ ਵਿੱਚ ਵੀ ਨੁਕਸਾਨ, ਅਤੇ ਕਿਸਾਨੀ ਦਾ ਜਿਹੜਾ ਬਹੁਤ ਵੱਡਾ ਢਾਹ ਲੱਗਿਆ ਕਿਸਾਨੀ ਨੂੰ, ਜਿੱਥੇ 700 ਸਾਡੇ ਭਰਾ ਸ਼ਹੀਦ ਹੋ ਗਏ ਨੇ, ਉਹ ਕੋਈ ਪੰਜਾਬੀ ਭੁੱਲ ਨਹੀਂ ਸਕਦਾ। ਜੇ ਇਕੱਲੇ ਚੋਣਾਂ ਦੀ ਰਾਜਨੀਤੀ ਨਹੀਂ ਹੈਗੀ ਤਾਂ ਫਿਰ ਮੈਂ ਆਸ ਕਰਦੀ ਹਾਂ ਕਿ ਮਲਮ ਲਗਾਉਣ ਵਾਸਤੇ ਪਹਿਲੇ ਤਾਂ ਜਿਹੜੇ 800 ਸਾਡੇ ਸ਼ਹੀਦ ਹੋ ਗਏ ਉਹ ਤੁਸੀਂ ਐਕਸੈਪਟ ਕਰੋ, ਕਿਉਂਕਿ ਪਾਰਲੀਮੈਂਟ 'ਚ ਤੁਸੀਂ ਕਹਿੰਦੇ ਹੋ ਸਾਨੂੰ ਤਾਂ ਪਤਾ ਹੀ ਨਹੀਂ ਕੋਈ ਮਰਿਆ ਵੀ ਹੈਗਾ ਕਿ ਨਹੀਂ, ਉਹਨੂੰ ਐਕਸੈਪਟ ਕਰੋ, ਉਹਨਾਂ ਦੇ ਪਰਿਵਾਰਾਂ ਨੂੰ ਕੁਛ ਦਿਓ, ਅਤੇ ਵੱਡੇ ਮੁੱਦੇ ਜਿਹੜੇ ਪੰਜਾਬ ਦੇ ਹੈਗੇ, ਸਾਡੀ ਰਾਜਧਾਨੀ, ਸਾਡੀ ਤੁਸੀਂ ਅਸੀਂ ਇਹ ਸਾਡਾ ਕੰਮ ਨਹੀਂ, ਸਰਕਾਰ ਦਾ ਕੰਮ ਹੁੰਦਾ। ਮੈਂ ਤਾਂ ਪੋਸਟਰ ਬੈਨਰ ਲੈ ਕੇ 10 ਵਾਰੀ ਬੋਲ ਚੁੱਕੀ ਹਾਂ, ਚਿੱਠੀ ਵੀ ਲਿਖ ਚੁੱਕੀ ਹਾਂ, ਲੇਕਿਨ ਜਦੋਂ ਤੋਂ ਆਹ ਸੁੱਤੀ ਹੋਈ ਕਾਂਗਰਸ ਸਰਕਾਰ ਡਿਟੇਲ ਦੇ ਹਿਸਾਬ ਨਾਲ ਨਹੀਂ ਭੇਜੂਗੀ, ਉਹਨਾਂ ਦੇ ਕੁਛ ਨਹੀਂ ਹੋਣਾ, ਲੇਕਿਨ ਮੈਂ ਆਸ ਕਰਦੀ ਹਾਂ ਕਿ ਪ੍ਰਧਾਨ ਮੰਤਰੀ ਜੀ ਜਦ ਪੰਜਾਬ ਆ ਰਹੇ ਨੇ ਤਾਂ ਪੰਜਾਬ ਦੀ ਦੁੱਖ ਦੇ ਉੱਤੇ ਮਲਮ ਲਾਉਣ ਵਾਸਤੇ ਸਭ ਤੋਂ ਪਹਿਲਾਂ ਚੰਡੀਗੜ੍ਹ ਸਾਡੀ ਰਾਜਧਾਨੀ ਸਾਨੂੰ ਐਲਾਨ ਕਰਕੇ ਜਾਣ, ਅਤੇ ਉਸ ਤੋਂ ਵੀ ਵੱਡੀ ਗੱਲ ਕਿ ਜਿਹੜਾ ਸਾਡਾ ਪਾਣੀ ਦੂਜੇ ਸੂਬਿਆਂ 'ਚ ਦਿੱਤਾ, ਇਕੱਲਾ ਇਕਲੌਤਾ ਸੂਬਾ ਜਿੱਥੇ ਸਾਡਾ ਪਾਣੀ ਸਾਡਾ ਹੱਕ ਦੂਜਿਆਂ ਨੂੰ ਦਿੱਤਾ, ਇਹ ਪਾਣੀ ਦਾ ਹੱਕ ਸਾਨੂੰ ਮੋੜਨ, ਅਤੇ ਤੀਜੀ ਗੱਲ ਕਿਸਾਨ ਦੇ ਉੱਤੇ ਜਿਹੜਾ ਬਿਲਕੁਲ ਕੀਤਾ, ਕਿਉਂ ਨਹੀਂ ਕੀਤਾ, ਕਿਉਂ ਨਹੀਂ ਕਰਦੇ ਰਹੇ? ਬਿਲਕੁਲ ਬਿਲਕੁਲ ਲੜਦੇ ਰਹੇ ਅਦੇ ਆਪਾਂ ਇਹਦੇ ਵਾਸਤੇ, ਲੇਕਿਨ ਅੱਜ ਮੈਂ ਜ਼ਰੂਰ ਕਹਿ ਰਹੀ ਕਿ ਮਲਹਮ ਲਗਾਉਣ ਵਾਸਤੇ ਜੇ ਆ ਰਹੇ ਨੇ, ਅਸੀਂ ਤਾਂ ਲੜੇ 10-100 ਚੀਜ਼ਾਂ ਹੋਰ ਵੀ ਕਰਾਈਆਂ, ਅਤੇ ਇਹ ਜ਼ਰੂਰ ਇਹ ਕਰਨ ਕਿ ਜਿਹੜਾ ਕਿਸਾਨੀ ਦਾ ਕਰਜ਼ਾ ਹੋਇਆ ਨੁਕਸਾਨ ਹੋਇਆ ਜ਼ਰੂਰ ਦੇਣ।